ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ। ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਜੀ ਬਲਤੇਜ ਪੰਨੂ ਅਤੇ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਉਹ ਕੀ ਕਹਿੰਦੀਆਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸੁਰਜੀਤ ਸਿੰਘ ਜੀ ਖੰਗੂੜਾ ਅਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਜਿਨ੍ਹਾਂ ਦਾ ਫੋਨ ਨੰਬਰ 4082720 ਸੈਨੋਜੇ ਤੋਂ, ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਅਤੇ ਪਰਿਵਾਰ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿਓ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰਸ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨਾ ਤੋਂ, ਦਲਵੀਰ ਸਿੰਘ ਗਿਓ ਲਾਈਵਕ ਤੋਂ, ਬਿੱਲਾ ਸੰਘੇੜਾ ਜੀ ਸੈਨੋਜੇ ਤੋਂ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਜੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਬੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਦੇਵ ਬੰਨੂ ਜੀ, ਸਭ ਤੋਂ ਪਹਿਲੀ ਗੱਲ ਆਪਾਂ ਕਰਦੇ ਹਾਂ, ਜਿਸ ਤਰ੍ਹਾਂ ਮਾਮਲਾ ਹੈਗਾ ਜੀ ਪੰਜਾਬ ਦੇ ਮੁੱਖ ਸੰਸਦੀ ਸਕੱਤਰਾਂ ਦਾ, ਅਤੇ ਉਸ ਤੋਂ ਬਾਅਦ ਸਲਾਹਕਾਰਾਂ ਦੇ ਦਫ਼ਤਰਾਂ ਨੂੰ ਵੀ ਤਾਲੇ। ਐਕਚੁਲੀ ਜੀ, ਇਹ ਜਿਹੜੇ ਸਲਾਹਕਾਰ ਨੇ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਕਮਾਲ ਦੀ ਜਿਹੜੀ ਕਲਾਕਾਰੀ ਹੈ ਕਿ ਜਿਹੜੇ ਸਲਾਹਕਾਰ ਇੰਡਸਟਰੀ ਦੇ ਲਾਏ ਹੋਏ ਨੇ ਕਿ ਇੰਡਸਟਰੀ ਲਿਆਉਣੀ ਆ, ਉਹ ਆਪਣੀ ਪੁੱਟ ਕੇ ਇੰਡਸਟਰੀ ਸਾਰੀ ਲੈ ਗਏ ਆ ਜੀ, ਭਾਵ ਕਿ ਉਹ ਦੂਜੇ ਸੂਬਿਆਂ ਨੂੰ ਚਲੇ ਗਏ ਆ। ਸੋ ਪੰਜਾਬ ਸਿਵਲ ਸੈਕਟਰੀਏਟ ਦੀ ਤੀਜੀ ਮੰਜ਼ਿਲ ਦੇ ਉੱਤੇ ਸਥਿਤ ਜਿਹੜੇ ਉਪ ਮੁੱਖ ਮੰਤਰੀ ਮੁੱਖ ਮੰਤਰੀ ਜਿਹੜੇ ਨੇ ਜੀ, ਉਹਨਾਂ ਦੇ ਉਦਯੋਗਿਕ ਸਲਾਹਕਾਰ ਕਮਲ ਓਸਵਾਲ ਨੂੰ ਸਰਕਾਰ ਦੇ ਵੱਲੋਂ ਅਲਾਟ ਕੀਤਾ ਦਫ਼ਤਰ ਜਿਹੜਾ ਜੀ, ਉਹਨੂੰ ਤਾਲਾ ਲੱਗਿਆ ਰਹਿੰਦਾ ਹੈ, ਔਰ ਨਾਲ ਲੱਗਦੇ ਦਫ਼ਤਰਾਂ ਦੇ ਬਾਅਦ ਬਾਹਰ ਜਿਹੜਾ ਤਾਇਨਾਤ ਦਰਜਾ ਚਾਰ ਮੁਲਾਜ਼ਮ ਨੇ ਜੀ, ਉਹਨਾਂ ਦਾ ਇਹ ਕਹਿਣਾ ਹੈ ਕਿ ਸ਼੍ਰੀ ਓਸਵਾਲ ਨੂੰ ਦਫ਼ਤਰ ਆਉਂਦਿਆਂ ਉਹਨਾਂ ਨੇ ਕਦੀ ਵੇਖਿਆ ਹੀ ਨਹੀਂ। ਓਸਵਾਲ ਨੂੰ ਸਰਕਾਰ ਨੇ ਰਾਜ ਦੇ ਵਿੱਚ ਉਦਯੋਗਿਕ ਕ੍ਰਾਂਤੀ ਲਿਆਉਣ ਦੇ ਵਾਸਤੇ ਸਲਾਹਕਾਰ ਨਿਯੁਕਤ ਕੀਤਾ ਸੀਗਾ, ਤੇ ਉਹਨਾਂ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦੇ ਰੈਂਕ ਜਿਹੜੇ ਆ ਜੀ ਉਹ ਦਿੱਤੇ ਹੋਏ ਨੇ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਜਿਹੜੇ ਕਿ ਪੰਜਾਬ ਦੇ ਹਰ ਖੇਤਰ ਨੂੰ ਅੱਗੇ ਲਿਜਾਣ ਲਈ ਸਲਾਹਕਾਰਾਂ ਦੀ ਵੱਡੀ ਫੌਜ ਜਿਹੜੀ ਆ ਨੀ ਉਹਨਾਂ ਨੇ ਕਾਇਮ ਕੀਤੀ ਹੋਈ ਆ। ਓਸਵਾਲ ਇਕੱਲੇ ਇਸ ਤਰ੍ਹਾਂ ਦੇ ਸਲਾਹਕਾਰ ਨੀਗੇ ਜਿਹੜੇ ਕਦੀ ਦਫ਼ਤਰ ਨਹੀਂ ਆਏ, ਕੁੱਝ ਹੋਰ ਵੀ ਮਹਾਨ ਹਸਤੀਆਂ ਹੈਗੀਆਂ ਨੇ ਜੀ ਜਿਹਨਾਂ ਨੂੰ ਦਫ਼ਤਰ ਅਲਾਟ ਹੋਏ ਹੋਏ ਨੇ, ਪਰ ਉਹ ਕਦੀ ਦਫ਼ਤਰ ਦੇ ਵਿੱਚ ਜਿਹੜਾ ਜੀ ਉਹ ਨਹੀਂ ਆਏ। ਦੂਜੀ ਮੰਜ਼ਿਲ ਦੇ ਉੱਤੇ ਮਹੇਸ਼ਇੰਦਰ ਸਿੰਘ ਗਰੇਵਾਲ ਵਾਲੇ ਕਰਮਚਾਰੀ ਜਿਹੜੇ ਉਹ ਕਹਿੰਦੇ ਨੇ ਕਿ ਗਰੇਵਾਲ ਹੋਰੀ ਇੱਕ ਵਾਰੀ ਜਾਂ ਕਈ ਵਾਰੀ 15 ਦਿਨਾਂ ਬਾਅਦ ਕਿਤੇ ਦਫ਼ਤਰ ਦੇ ਵਿੱਚ ਜਿਹੜਾ ਜੀ ਉਹ ਆਉਂਦੇ ਨੇ, ਇੱਥੇ ਦਫ਼ਤਰ ਦੇ ਉਹਨਾਂ ਨੂੰ ਵੀ ਜਿਹੜਾ ਜੀ ਉਹ ਜੰਦਰਾ ਲੱਗਿਆ ਹੋਇਆ। ਇੱਕ ਹੋਰ ਭਾਜਪਾ ਦੇ ਆਗੂ ਤੀਕਸ਼ਣ ਸੂਦ ਜਿਹੜੇ ਨੇ ਜੀ, ਉਹਨਾਂ ਨੂੰ ਵੀ ਇਸੇ ਤਰ੍ਹਾਂ ਦਾ ਸਲਾਹਕਾਰ ਨਿਯੁਕਤ ਕੀਤਾ ਹੋਇਆ, ਜੰਦਰਾ ਉਹਨਾਂ ਦੇ ਦਫ਼ਤਰ ਦੇ ਮੂਹਰੇ ਵੀ ਜਿਹੜਾ ਜੀ ਉਹ ਲੱਗਿਆ ਹੋਇਆ। ਕਮਲ ਓਸਵਾਲ ਜਿਹੜੇ ਨੇ ਜੀ, ਉਹਨਾਂ ਨੇ ਇਹ ਕਿਹਾ ਕਿ ਪਿਛਲੇ 4.5 ਸਾਲਾਂ ਦੇ ਦੌਰਾਨ ਉਹ ਬਹੁਤ ਘੱਟ ਸੈਕਟਰੀਏਟ ਦੇ ਦਫ਼ਤਰ ਦੇ ਵਿੱਚ ਜਿਹੜਾ ਜੀ ਉਹ ਗਏ ਨੇ, ਕਿਉਂਕਿ ਨਿੱਜੀ ਰੁਝੇਵਿਆਂ ਕਰਕੇ ਉਹ ਦਫ਼ਤਰ ਨਹੀਂ ਜਿਹੜਾ ਜੀ ਉਹ ਜਾ ਸਕਦੇ। ਜਿਹੜੇ ਇੱਕ ਹੋਰ ਸਲਾਹਕਾਰ ਨੇ ਹਰਚੰਦ ਸਿੰਘ ਬੈਂਸ, ਉਹ ਕਦੇ ਤਾਂ ਹੀ ਸੈਕਟਰੀਏਟ ਜਿਹੜਾ ਜੀ ਆਉਂਦੇ ਨੇ, ਬਹੁਤ ਹੀ ਉਹ ਤੋੜ ਭੰਨ ਦੇ ਵਿੱਚ ਜਿਹੜਾ ਜੀ ਉਹ ਬਾਹਰ ਲੱਗੇ ਰਹਿੰਦੇ ਨੇ। ਵਿਨੀਤ ਜੋਸ਼ੀ ਹੈ, ਮੇਜਰ ਭੁਪਿੰਦਰ ਸਿੰਘ ਨੇ, ਲੈਫਟੀਨੈਂਟ ਜਨਰਲ ਰਿਟਾਇਰਡ BS ਧਾਲੀਵਾਲ ਨੇ, ਇਹ ਜਿੰਨੇ ਨੇ ਜੀ ਜਿਹੜੇ ਸਲਾਹਕਾਰਾਂ ਦੀ ਫੌਜ ਆ, ਉਹਨਾਂ ਦੇ ਦਫ਼ਤਰਾਂ ਨੂੰ ਜੰਦਰੇ ਲੱਗੇ ਰਹਿੰਦੇ ਆ। ਉੱਧਰ ਡਿਪਟੀ ਮੁੱਖ ਮੰਤਰੀ ਹੋਰਾਂ ਦੀ ਵੀ ਸਲਾਹਕਾਰਾਂ ਦੀ ਫੌਜ ਆ ਜੀ, ਜਿਹਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਜਿਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਲਾਇਆ ਗਿਆ, ਜੰਗਵੀਰ ਸਿੰਘ ਹੈ, ਪਰਮਜੀਤ ਸਿੰਘ ਸਿੱਧਵਾਂ ਰਾਜਸੀ ਸਲਾਹਕਾਰ, ਚਰਨਜੀਤ ਸਿੰਘ ਬਰਾੜ ਹੈ, ਸਤਵਿੰਦਰ ਸਿੰਘ ਮੰਟਾ, ਹਰਿੰਦਰ ਸਿੰਘ ਸਰਾਂ, ਇਹ ਤਿੰਨੋਂ ਜਿਹੜੇ ਨੇ ਜੀ ਉਹ ਸ਼ਾਮਿਲ ਨੇ। ਉਪ ਮੁੱਖ ਮੰਤਰੀ ਹੋਰਾਂ ਨੇ ਇੱਕ IAS ਜਿਹੜਾ ਸਾਬਕਾ ਪਰਮਜੀਤ ਸਿੰਘ ਔਜਲਾ ਨੂੰ ਵੀ ਜਿਹੜਾ ਜੀ ਪ੍ਰਮੁੱਖ ਸੈਕਟਰੀ ਵਜੋਂ ਜਿਹੜਾ ਜੀ ਉਹ ਤਾਇਨਾਤ ਕੀਤਾ ਹੋਇਆ, ਪਰ ਇਹ ਕਦੀ ਦਫ਼ਤਰਾਂ ਦੇ ਵਿੱਚ ਜਿਹੜੇ ਜੀ ਨਹੀਂ ਦੇਖੇ ਗਏ। ਔਰ ਇਹਨਾਂ ਦਿਨਾਂ ਦੇ ਵਿੱਚ ਹੁਣ ਤਾਂ ਇਹਨਾਂ ਨੇ ਜਿਹੜਾ ਜੀ ਆਉਣਾ ਹੀ ਕੀ ਹੈ। ਸਭ ਤੋਂ ਹਾਸੋਹੀਣੀ ਜਿਹੜੀ ਗੱਲ ਹੈ ਨਾ ਜੀ, ਜਿਹੜੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ, ਓਸਵਾਲ ਜਿਹੜੇ ਨੇ ਉਹਨਾਂ ਨੂੰ ਉਦਯੋਗਿਕ ਕ੍ਰਾਂਤੀ ਲਿਆਉਣ ਲਈ ਜਿਹੜਾ ਜੀ ਉਹ ਲਾਇਆ ਗਿਆ ਸੀ ਸਲਾਹਕਾਰ। ਐਸੀ ਉਹਨਾਂ ਨੇ ਕ੍ਰਾਂਤੀ ਲਿਆਂਦੀ ਕਿ ਆਪਣੇ ਜਿਹੜੇ ਉਹਨਾਂ ਨੇ ਜਦੋਂ ਐਕਸਪੈਂਡ ਕੀਤਾ ਜੀ, ਉਹ ਸਾਰੇ ਦਾ ਸਾਰਾ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਜੀ ਲੈ ਗਏ, ਜਿਹੜਾ ਆਪਣਾ ਬਿਜ਼ਨਸ ਦੂਜੇ ਸੂਬਿਆਂ ਦੇ ਵਿੱਚ ਲੈ ਗਏ, ਉਹ ਸਾਡੇ ਸੂਬੇ ਦੀ ਭਲਾਈ ਦੇ ਵਾਸਤੇ ਜਿਹੜਾ ਜੀ ਉਹ ਸਲਾਹ ਕਿਵੇਂ ਦੇ ਸਕਦੇ ਆ ਜੀ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਜੀ। ਬਿਲਕੁਲ ਜੀ, ਉਹਨਾਂ ਨੇ ਆਪਣੇ ਜਿਹੜੇ ਆਕੇ ਆ ਉਹਨਾਂ ਤੋਂ ਸਿੱਖਿਆ ਹੋਣਾ ਕਿ ਸਾਰਾ ਦਾ ਸਾਰਾ ਬਿਜ਼ਨਸ ਇੱਧਰ ਉੱਧਰ ਲੈ ਜਾਓ ਅਤੇ ਬਾਅਦ ਵਿੱਚ ਤੁਹਾਨੂੰ ਕੋਈ ਫੜ ਵੀ ਨਾ ਸਕੂਗਾ। ਅੱਗੇ ਆਪਾਂ ਜੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਆਪਣਾ ਗੁਆਂਢੀ ਸੂਬਾ ਹਰਿਆਣਾ ਆ, ਕੀ ਹਰਿਆਣੇ ਦੇ ਪਾਰਲੀਮੈਂਟ ਸਕੱਤਰਾਂ 'ਤੇ ਵੀ ਇਸਦਾ ਪਰਛਾਵਾਂ ਪਵੇਗਾ? ਦੇਖੋ ਜੀ, ਜਿਹੜਾ ਇਹ ਬਹੁਤ ਵੱਡਾ ਝਟਕਾ ਕੱਲ੍ਹ ਜਿਹੜਾ ਪੰਜਾਬ ਦੀ ਸਰਕਾਰ ਨੂੰ ਲੱਗਿਆ, ਜਿਹਦੇ 'ਚ ਵਲਟੋਹਾ, ਹਰਮੀਤ ਸਿੰਘ ਸੰਧੂ, NK ਸ਼ਰਮਾ, ਨਵਜੋਤ ਕੌਰ ਸਿੱਧੂ, ਮਨਤਾਰ ਸਿੰਘ ਬਰਾੜ, ਸਰੂਪ ਚੰਦ ਸਿੰਗਲਾ, ਇਹ ਸਾਰੇ ਗਏ, ਭਾਵ ਕਿ ਇਹਨਾਂ ਨੂੰ ਗੈਰ ਕਾਨੂੰਨੀ ਜਿਹੜਾ ਜੀ ਉਹ ਕਰਾਰ ਦਿੱਤਾ। ਇਹਦੇ 'ਚ ਇੱਕ ਜਿਹੜੀ ਟੈਕਨੀਕਲ ਗੱਲ ਦੇਖਣ ਵਾਲੀ ਇਹ ਆ ਕਿ
ਲੰਮਾ ਬੜਾ ਟਾਈਮ ਹੋ ਗਿਆ ਜੀ, 4.5 ਸਾਲ ਦਾ ਸਮਾਂ ਜਿਹੜਾ ਜੀ ਉਹ ਲੱਗ ਗਿਆ ਇਹ ਫੈਸਲਾ ਆਉਂਦਿਆਂ ਆਉਂਦਿਆਂ। ਜੁਲਾਈ ਦਾ ਤਾਂ ਫੈਸਲਾ ਕਰਕੇ ਜਿਹੜਾ ਜੀ ਰਾਖਵਾਂ ਰੱਖਿਆ ਹੋਇਆ ਸੀ ਜਿਹੜੀ ਅਦਾਲਤ ਨੇ, ਆਈ ਥਿੰਕ ਬੜੀ ਦੇਰ ਪਹਿਲਾਂ ਫੈਸਲਾ ਆ ਜਾਣਾ ਚਾਹੀਦਾ ਸੀਗਾ। ਉਹਦਾ ਕਾਰਨ ਇਹ ਆ ਕਿ ਹੁਣ ਇਹ ਜਿਹੜਾ ਜੀ ਨਜਾਇਜ਼ ਠਹਿਰਾਤਾ ਅਦਾਲਤ ਨੇ, ਹੁਣ ਮਹੀਨੇ ਕਿੰਨੇ ਰਹਿ ਗਏ ਜੀ, 4 ਜਾਂ 5 ਜਿਹੜੇ ਜੀ ਉੱਧਰੋਂ ਹੁਣ ਤੱਕ ਜਿਹੜਾ ਇਹਨਾਂ ਨੇ ਮਲਾਈ ਖਾਧੀ ਆ, ਭਾਵ ਕਿ ਜਿਹੜੀ ਇਹਨਾਂ ਨੇ ਲਾਹੇ ਲਏ ਨੇ ਜੀ, ਜਿਹੜੇ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਗਈਆਂ ਨੇ, ਬਾਕੀ ਭੱਤੇ ਵਗੈਰਾ ਜਿਹੜੇ ਉਹ ਦਿੱਤੇ ਗਏ ਨੇ, ਉਹ ਤਾਂ ਪੰਜਾਬ ਦੇ ਸਿਰ ਜਿਹੜਾ ਜੀ ਉਹ ਪੈ ਗਿਆ ਬੋਝ। ਦੂਜੇ ਪਾਸੇ ਹੁਣ ਜਿਹੜਾ ਜੀ ਡਰ ਇਸ ਵੇਲੇ ਪਾਇਆ ਜਾ ਰਿਹਾ ਹਰਿਆਣੇ ਦੇ ਵਿੱਚ ਵੱਡਾ, ਕਿਉਂਕਿ ਹਰਿਆਣੇ ਦੇ ਜਿਹੜੇ ਲਾਏ ਹੋਏ ਚੀਫ ਪਾਰਲੀਮਾਨੀ ਸੈਕਟਰੀ ਨੇ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜਾਣਾ ਪਊਗਾ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ 24 ਤਰੀਕ ਜਿਹੜੀ ਹੈ ਜੀ ਇਹਦੀ, ਇਸੇ ਮਹੀਨੇ ਦੀ 24 ਅਗਸਤ ਜਿਹੜੀ ਆ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਖੀ ਆ, ਔਰ ਇਹਦੇ ਉੱਤੇ ਜਿਹੜਾ ਜੀ ਉਹ ਫੈਸਲਾ ਆਊਗਾ। ਇਹਦੇ ਵਿੱਚ ਜਿਹੜੇ ਬਾਕੀ ਚੀਫ ਪਾਰਲੀਮਾਨੀ ਸੈਕਟਰੀ ਨੇ ਪੰਜਾਬ ਦੇ, ਉਹਨਾਂ ਦੇ ਸੰਬੰਧੀ ਵੀ ਫੈਸਲਾ ਜਿਹੜਾ ਜੀ ਉਹ ਆ ਸਕਦਾ। ਅਸਲ ਦੇ ਵਿੱਚ ਜਿਹੜਾ ਜੀ ਚੀਫ ਪਾਰਲੀਮਾਨੀ ਸੈਕਟਰੀ ਜਿਹੜਾ ਜੀ ਇਹ ਚੋਰ ਮੋਰੀ ਆ। ਜਦੋਂ ਜਿਹੜਾ ਹੋਇਆ ਸੀਗਾ ਕਿ ਜਿਹੜੇ ਪਾਰਟੀ ਛੱਡ ਜਾਂਦੇ ਆ, ਦੂਜੇ ਪਾਸੇ ਚਲੇ ਜਾਂਦੇ ਆ, ਉਹਨਾਂ ਨੂੰ ਰੋਕਣ ਦੇ ਵਾਸਤੇ ਇਹ ਕੱਢਿਆ ਗਿਆ ਸੀਗਾ ਕਿ ਜਿੰਨੇ ਟੋਟਲ ਤੁਹਾਡੇ ਜਿੱਤੇ ਹੋਏ ਨੇ ਉਹਨਾਂ ਦੇ 15% ਜਿਹੜੇ ਜੀ ਤੁਸੀਂ ਮਿਨਿਸਟਰੀਆਂ ਦੇ ਵਿੱਚ ਲੈ ਸਕਦੇ ਹੋ। ਉਦੋਂ ਬਾਅਦ ਇਹ ਕੱਢ ਲਿਆ ਗਿਆ ਜੀ ਚੀਫ ਪਾਰਲੀਮਾਨੀ ਸੈਕਟਰੀ, ਇਹ ਕਾਰਡ ਵੀ ਸਾਡੇ ਜਿਹੜੇ ਜੀ ਮੁੱਖ ਮੰਤਰੀ ਨੇ ਉਹਨਾਂ ਨੇ ਹੀ ਕੱਢੀ ਸੀਗੀ, ਬਾਕੀ ਸੂਬੇ ਵੀ ਇਹਦੇ ਉੱਤੇ ਜਿਹੜਾ ਜੀ ਉਹ ਤੁਰ ਰਹੇ ਨੇ, ਉਹ ਚੀਫ ਪਾਰਲੀਮਾਨੀ ਸੈਕਟਰਾਂ ਦੀ ਫੌਜ ਜਿਹੜੀ ਹੈ ਜੀ ਉਹ ਖੜੀ ਕਰੀ ਫਿਰਦੇ ਨੇ। ਇਹ ਬੋਝ ਆ ਜੀ, ਬੇਲੋੜਾ ਬੋਝ ਆ ਇਹ, ਔਰ ਇਹਨਾਂ ਨੂੰ ਬਰਾਬਰ ਦੇ ਭੱਤੇ ਮਿਲਦੇ ਨੇ, ਬਰਾਬਰ ਦੀਆਂ ਤਨਖਾਹਾਂ ਮਿਲਦੀਆਂ ਨੇ, ਬਰਾਬਰ ਦੀਆਂ ਗੱਡੀਆਂ ਮੰਤਰੀਆਂ ਦੇ ਜਿਹੜਾ ਜੀ ਉਹ ਮਿਲਦੀਆਂ ਨੇ, ਕੰਮ ਕਰਨ ਨੂੰ ਕੱਖ ਨਹੀਂ ਇਹਨਾਂ ਦਾ ਜੀ। ਸੋ ਹੁਣ ਜਿਹੜਾ ਜੀ ਹਰਿਆਣੇ ਦੇ ਉੱਤੇ ਇਹ ਗਾਜ ਦੇਖ ਸਕਦੀ ਹੈ, ਨਾ ਸਿਰਫ ਹਰਿਆਣੇ ਦੇ ਉੱਤੇ ਬਲਕਿ ਇਹ ਵੇਖਾ ਵੇਖੀ ਅੱਗੇ ਜਿਹੜੀਆਂ ਹਾਈ ਕੋਰਟਾਂ ਨੇ ਉਸ ਪਾਸੇ ਵੱਲ ਨੂੰ ਰਿਟ ਪਟੀਸ਼ਨਾਂ ਤੁਰਨਗੀਆਂ। ਇਹਦੇ ਵਿੱਚ ਘੱਟ ਕੋਈ ਵੀ ਨਹੀਂ ਗਾ, ਉਹ ਚਾਹੇ ਤੁਸੀਂ ਹਿਮਾਚਲ ਲੈ ਲਓ, ਚਾਹੇ ਰਾਜਸਥਾਨ ਲੈ ਲਓ ਅਤੇ ਚਾਹੇ ਦਿੱਲੀ ਲੈ ਲਓ, ਇਹਦੇ ਵਿੱਚ ਸਾਰੇ ਜਿਹੜੇ ਨੇ ਜੀ ਉਹਨਾਂ ਨੇ ਚੀਫ ਪਾਰਲੀਮਾਨੀ ਸੈਕਟਰੀਆਂ ਦੀ ਫੌਜ ਜਿਹੜੀ ਆ ਉਹ ਖੜੀ ਕੀਤੀ ਹੋਈ ਆ, ਜਿਹੜੀ ਕਿ ਬੇਲੋੜੀ ਆ, ਇਹ ਚਾਹੀਦੀ ਨਹੀਂ ਗੀ, ਸਿਰਫ ਲੋਕਾਂ ਦੇ ਉੱਤੇ ਬੋਝ ਆ ਜੀ। ਬਿਲਕੁਲ, ਦੇਖੋ ਦੇਰ ਆਏ ਦਰੁਸਤ ਆਏ, ਕੁਛ ਤਾਂ ਕੁਛ ਹੋਊਗਾ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਬਾਦਲ ਪਰਿਵਾਰ ਦੀ, ਜਿਨ੍ਹਾਂ ਨੇ ਪੰਜਾਬ ਦੇ ਉੱਤੇ ਕਬਜ਼ਾ, ਮੰਤਰੀ ਮੰਡਲ 'ਤੇ ਕਬਜ਼ਾ ਬਹੁਤੇ ਉਹਦੇ ਕੋਲ ਰੱਖੇ ਹੋਏ ਆ, ਪਰ ਫਿਰ ਵੀ ਜਦੋਂ ਇਹਨਾਂ ਦੇ ਬਿਆਨ ਆਉਂਦੇ ਆ ਸ਼ਾਮ ਸਵੇਰੇ ਕੁਛ ਤਾਂ ਕੁਛ, ਉਹਦੇ ਵਿੱਚ ਲੱਗਦਾ ਕਿ ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੀ ਨਹੀਂ। ਦੇਖੋ ਇੱਥੋਂ ਲੱਗਦਾ ਤਾਂ ਹੈ ਜੀ, ਜਿਹੜਾ ਪਿਛਲੇ ਦਿਨਾਂ ਦੇ ਵਿੱਚੋਂ ਐਕਚੁਅਲੀ ਚਰਚਿਤ ਬਿਆਨ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦਿੱਤਾ ਸੀਗਾ, ਉਹਨਾਂ ਨੇ ਇਹ ਕਿਹਾ ਸੀਗਾ ਜੀ ਕਿ ਜਿਹੜੇ ਜਗਦੀਸ਼ ਗਗਨੇਜਾ ਦੇ ਉੱਤੇ ਹਮਲਾ ਹੋਇਆ ਇਹਦੇ ਪਿੱਛੇ ISI ਦਾ ਹੱਥ ਹੈ। ਉਹਨਾਂ ਨੇ ਇਹ ਵੀ ਕਿਹਾ ਸੀਗਾ ਜੀ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ISI ਜਿਹੜੀ ਆ ਜੀ ਉਹ ਇੱਥੇ ਪੰਜਾਬ ਦੇ ਵਿੱਚ ਗੜਬੜ ਫੈਲਾ ਸਕਦੀ ਹੈ। ਉਹ ਕਹਿੰਦੇ ਅਸੀਂ ਕੇਂਦਰ ਦੇ ਜਿਹੜਾ ਕੇਂਦਰੀ ਸਰਕਾਰ ਹੈ, ਅਸੀਂ ਉਹਨਾਂ ਨੂੰ ਇਹਦੇ ਸੰਬੰਧੀ ਅਗਾਊਂ ਜਿਹੜੀ ਆ ਜੀ ਸੂਚਨਾ ਦੇ ਦਿੱਤੀ ਹੋਈ ਆ ਕਿ ਇੱਥੇ ਗੜਬੜ ਹੋ ਸਕਦੀ ਆ, ਇੱਥੇ ਜਿਹੜੇ ਲੀਡਰ ਨੇ ਉਹਨਾਂ ਦੇ ਉੱਤੇ ਹਮਲੇ ISI ਜਿਹੜੀ ਆ ਜੀ ਉਹ ਕਰਵਾ ਸਕਦੀ ਆ। ਆਮ ਆਦਮੀ ਪਾਰਟੀ ਵਾਲਿਆਂ ਨੇ ਥੋੜ੍ਹਾ ਲੰਮੇ ਹੱਥੀ ਲਿਆ ਸੀਗਾ ਇਸ ਮਸਲੇ ਦੇ ਉੱਤੇ ਕਿ ਸਾਡੀ ਤਾਂ ਜਾਨ ਨੂੰ ਖਤਰਾ ਇੱਥੇ, ਕਿਉਂਕਿ ISI ਦਾ ਜਿਹੜਾ ਜੀ ਉਹ ਨਾਂ ਲਾ ਕੇ ਸਾਡੇ ਉੱਤੇ ਹਮਲੇ ਜਿਹੜੇ ਆ ਜੀ ਇੱਥੇ ਹੋ ਸਕਦੇ ਨੇ। ਹੁਣ ਵੱਡੇ ਬਾਦਲ ਜਿਹੜੇ ਨੇ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਬਿਆਨ ਆਇਆ ਉਹ ਆਪਣੇ ਉਹਨਾਂ ਦੇ ਮੁੰਡੇ ਤੋਂ ਬਿਲਕੁਲ ਜਿਹੜਾ ਜੀ ਉਹ ਵੱਖਰਾ, ਉਹਨਾਂ ਨੇ ਜਿਹੜੇ ਇੱਥੇ ਜਿਹੜੇ ਹਮਲੇ ਹੋਏ ਨੇ ਉਹਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿਹਾ ਜਾ ਰਿਹਾ ਹੈ ਕਿ ਸੰਭਾਵੀ ਰੂਪ ਦੇ ਵਿੱਚ ਇੱਥੇ ਹਮਲੇ ਹੋ ਸਕਦੇ ਨੇ, ਉਹਦੇ ਪਿੱਛੇ ਉਹਨਾਂ ਨੇ ਇਹ ਕਿਹਾ ਕਿ ਵਿਦੇਸ਼ੀ ਤਾਕਤਾਂ ਜਾਂ ISI ਦਾ ਹੱਥ ਹੋਣ ਦਾ ਕੋਈ ਠੋਸ ਸਬੂਤ ਹੀ ਨਹੀਂ ਮਿਲਿਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪੁਲਿਸ ਜਿਹੜੀ ਆ ਹਰ ਪਹਿਲੂ ਦੇ ਉੱਤੇ ਕੰਮ ਕਰ ਰਹੀ ਆ, ਇਹਦੇ ਤੋਂ ਵੱਧ ਉਹ ਹੋਰ ਨਹੀਂ ਕਹਿ ਸਕਦੇ। ਜਦੋਂ ਉਹਨਾਂ ਨੂੰ ਵਾਰ ਵਾਰ ਪੁੱਛਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਹੋਰੀ ਤਾਂ ਇਹ ਕਹਿੰਦੇ ਨੇ ਕਿ ਇਹਦੇ ਪਿੱਛੇ ISI ਦਾ ਹੱਥ ਹੈ, ਉਹਨਾਂ ਨੇ ਇਹ ਕਿਹਾ ਕਿ ਨਹੀਂ ਇਹਦਾ ਕੋਈ ਸਬੂਤ ਜਿਹੜਾ ਜੀ ਉਹ ਨਹੀਂ ਮਿਲਿਆ। ਮੁੱਖ ਮੰਤਰੀ ਨੇ ਦਾਅਵਾ ਇਹ ਜ਼ਰੂਰ ਕੀਤਾ ਕਿ ਬੇਅਦਬੀ ਦੇ 14 ਮਾਮਲਿਆਂ ਦੇ ਵਿੱਚੋਂ 13 ਨੂੰ ਹੱਲ ਕਰ ਲਿਆ ਗਿਆ ਤੇ ਇਹਨਾਂ ਵਿੱਚ ਅਜੇ ਤੱਕ ਵਿਦੇਸ਼ੀ ਤਾਕਤਾਂ ਦਾ ਹੱਥ ਹੋਣਾ ਸਾਬਤ ਨਹੀਂ ਹੋ ਸਕਿਆ। ਬਰਗਾੜੀ ਮਾਮਲੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਧਿਕਾਰੀ ਜਿਹੜੇ ਨੇ ਉਹ ਆਪਣਾ ਕੰਮ ਕਰ ਰਹੇ ਨੇ। ਹੁਣ ਇਹਦੇ ਵਿੱਚ ਇੱਕ ਟੈਕਨੀਕਲ ਜਿਹੜੀ ਹੈ ਜੀ ਵੱਡੀ ਗੱਲ ਹੈ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਬਿਆਨ ਦਿੱਤਾ ਕਿ ਜਿਹੜਾ ਇਹਦੇ ਸੰਬੰਧੀ ਕੇਂਦਰ ਦੀ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ
ਕਿ ISI ਜਿਹੜੀ ਹੈ ਜੀ ਉਹ ਇੱਥੇ ਗੜਬੜ ਕਰਾ ਰਹੀ ਹੈ ਤੇ ਉਹ ਹਮਲੇ ਕਰਵਾ ਸਕਦੀ ਹੈ। ਅੱਛਾ, ਇਹ ਕੰਮ ਜਿਹੜਾ ਜੀ ਆਫੀਸ਼ੀਅਲੀ ਤੌਰ ਦੇ ਉੱਤੇ ਮੁੱਖ ਮੰਤਰੀ ਕਰ ਸਕਦਾ ਹੈ ਜੀ, ਡਿਪਟੀ ਮੁੱਖ ਮੰਤਰੀ ਨਹੀਂ ਕਰ ਸਕਦਾ। ਬੇਸ਼ੱਕ ਗ੍ਰਹਿ ਮੰਤਰਾਲਾ ਉਹਨਾਂ ਕੋਲੇ ਹੈ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ, ਉਹ ਮੁੱਖ ਮੰਤਰੀ ਨੂੰ ਕਹਿ ਸਕਦੇ ਨੇ। ਮੁੱਖ ਮੰਤਰੀ ਜਿਹੜਾ ਜੀ, ਜਿਹੜਾ ਪ੍ਰੋਟੋਕਾਲ ਹੈ ਉਹ ਗ੍ਰਹਿ ਮੰਤਰੀ ਨੂੰ ਇਹਦੇ ਸੰਬੰਧੀ ਜਿਹੜਾ ਜੀ ਮੁਲਕ ਦਾ ਗ੍ਰਹਿ ਮੰਤਰੀ ਆ ਉਹਨੂੰ ਉਹ ਦੱਸਦਾ ਆ। ਤੇ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪਤਾ ਹੀ ਨਹੀਂ ਤੇ ਇਹ ਡਿਪਟੀ ਮੁੱਖ ਮੰਤਰੀ ਜਿਹੜੇ ਨੇ ਜੀ ਉਹ ਕਿਵੇਂ ਪ੍ਰੋਟੋਕਾਲ ਜਿਹੜਾ ਜੀ ਤੋੜ ਕੇ ਸਰਕਾਰ ਦੇ ਰੂਪ ਜਿਹੜੀ ਹੈ ਇਹ ਗੱਲ ਕਰ ਸਕਦੇ ਨੇ। ਇਟ ਮੀਨਸ ਕਿ ਹਵਾ ਦੇ ਵਿੱਚ ਛਿੱਡੀ ਹੋਈ ਗੱਲ ਹੈ, ਰੀਅਲ ਦੇ ਵਿੱਚ ਕੁਛ ਨਹੀਂ ਹੈਗਾ। ਬਿਲਕੁਲ ਜੀ, ਰੀਅਲ ਦੇ ਵਿੱਚ ਤਾਂ ਇਹ ਕੁਛ ਵੀ ਨਹੀਂ ਮੰਗਦੇ ਪੰਜਾਬ ਲਈ, ਪੰਜਾਬ ਦੇ ਭਲੇ ਦੀ ਤਾਂ ਗੱਲ ਹੀ ਨਹੀਂ ਕਰਦੇ। ਅੱਗੇ ਆਪਾਂ ਟੀਚਰਾਂ ਦੀ ਗੱਲ ਕਰੀਏ, ਸਰਕਾਰ ਨੇ ਟੀਚਰਾਂ ਦਾ ਕੰਮ ਵਧਾਇਆ। ਜਿਹੜੇ ਮਾਸਟਰ ਮਾਸਟਰਾਣੀਆਂ ਨੇ ਜੀ ਉਹਨਾਂ ਦਾ ਐਕਚੁਅਲੀ ਜਿਹੜੇ ਜੋ ਪਹਿਲਾਂ ਹੁੰਦੀ ਸੀਗੀ ਜੀ ਜੋਬ ਉਹ ਤਾਂ ਰਹੀ ਨਹੀਂ, ਉਹਨਾਂ ਤੋਂ ਹੋਰ ਬਥੇਰੇ ਕੰਮ ਜਿਹੜੇ ਜੀ ਉਹ ਕਰਵਾਈ ਜਾਂਦੇ ਨੇ ਇਹ, ਜਿਹਦੇ ਕਰਕੇ ਪੰਜਾਬ ਦੇ ਐਜੂਕੇਸ਼ਨ ਜਿਹੜਾ ਸਿਸਟਮ ਹੈ ਜੀ ਉਹਦਾ ਦੁਆਲਾ ਨਿਕਲਿਆ ਪਿਆ। ਹੁਣ ਪੰਜਾਬ ਦੇ ਜਿਹੜੇ ਟੀਚਰ ਨੇ ਜੀ ਉਹਨਾਂ ਨੂੰ ਜਿਹੜੀ ACR ਹੈ, ਜਿਹੜੀ ਸਾਲਾਨਾ ਗੁਪਤ ਰਿਪੋਰਟਾਂ, ਉਹ ਵੀ ਪਾਸ ਜਿਹੜਾ ਜੀ ਉਹ ਕਰਨ ਦੇ ਵਾਸਤੇ ਇਮਤਿਹਾਨਾਂ ਦੇ ਵਿੱਚੋਂ ਲੰਘਣਾ ਪਊਗਾ। ਪੰਜਾਬ ਸਰਕਾਰ ਦੇ ਵੱਲੋਂ ਮਾਸਟਰ ਕਾਡਰ, ਲੈਕਚਰਾਰ ਕਾਡਰ ਤੇ ਜਿਹੜੇ CSB ਕਾਡਰ ਹੈ ਉਹਨਾਂ ਦੀਆਂ 15-16 ਦੀਆਂ ACR ਲਿਖਣ ਲਈ ਨਵਾਂ ਪਰਫੋਰਮਾ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਹੈ। ਇਹ ਪਰਫੋਰਮਾ ਜਿਹੜਾ ਜੀ ਜਿਹੜੇ ਮਾਸਟਰ ਨੇ ਉਹਨਾਂ ਦੇ ਵਿੱਚ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਸ ਪਰਫੋਰਮੇ ਦੇ ਰਾਹੀਂ ਜਿੱਥੇ ਹਰੇਕ ਟੀਚਰ ਦੇ ਵੱਲੋਂ ਹਰੇਕ ਤਰ੍ਹਾਂ ਦੀ ਲਈ ਛੁੱਟੀ ਦਾ ਡਿਟੇਲ ਦੇਣੀ ਪੈਂਦੀ ਆ, ਉੱਥੇ ਸਕੂਲ ਦੀ ਮਿੰਟ ਮਿੰਟ ਦੀ ਸਰਗਰਮੀ ਦਾ ਜ਼ਿਕਰ ਵੀ ਕਰਨਾ ਪੈਂਦਾ ਜੀ। ਇਸ ਪਰਫੋਰਮੇ ਦੇ ਵਿੱਚ ਬੜੀਆਂ ਕੁਛ ਦਿਲਚਸਪ ਜਿਹੜੀਆਂ ਜੀ ਉਹ ਮੱਦਾਂ ਨੇ ਉਹ ਜੋੜੀਆਂ ਗਈਆਂ ਨੇ, ਜਿਹਦੇ ਤਹਿਤ ਹਰ ਜਿਹੜਾ ਟੀਚਰ ਹੈ ਉਹ ਉਹਦੀ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਪੇਸ਼ਕਾਰੀ, ਅਧਿਆਪਕ ਦੀ ਡਾਇਰੀ, ਜਿਹੜੇ ਕਮਜ਼ੋਰ ਵਿਦਿਆਰਥੀ ਨੇ ਉਹਨਾਂ ਨੂੰ ਸੁਧਾਰਨ ਦੇ ਕੀਤੇ ਗਏ ਯਤਨ, ਸਿਹਤ ਸਫਾਈ, ਟ੍ਰੈਫਿਕ ਨਿਯਮ, ਵਾਤਾਵਰਣ, ਨਕਲ ਰੋਕਣ ਤੇ ਕੌਮੀ ਏਕਤਾ ਲਈ ਜਾਗਰਤੀ ਲਈ ਕੀਤੇ ਜਾ ਰਹੇ ਯਤਨ, ਸਫਾਈ ਅਭਿਆਨ ਦੀਆਂ ਸਰਗਰਮੀਆਂ, ਵਿਗਿਆਨ ਤੇ ਖੇਡ ਮੇਲਿਆਂ ਦੀ ਕਾਰਗੁਜ਼ਾਰੀ, ਵਿਦਿਆਰਥੀਆਂ ਦੇ ਮਾਪਿਆਂ ਨਾਲ ਮੇਲ ਮਿਲਾਪ, NCC, ਸਕਾਊਟ ਗਾਈਡੈਂਸ, ਮਿਡ ਡੇ ਦੀ ਕਾਰਜਕਾਰੀ, ਸਕੂਲ ਮੁਖੀ ਤੇ ਸਹਿਕਰਮੀਆਂ ਨੂੰ ਦਿੱਤੇ ਸਹਿਯੋਗ ਦਾ ਵਿਸ਼ਲੇਸ਼ਣ ਕਰਨ ਦੇ ਵਾਸਤੇ ਕਿਹਾ ਗਿਆ। ਜਿੰਨੇ ਕੁ ਮੈਂ ਤੁਹਾਨੂੰ ਵਿਸ਼ਲੇਸ਼ਣ ਗਿਣਤੇ ਆ, ਜੇ ਤੁਸੀਂ ਇਹਨਾਂ ਦੇ ਉੱਤੇ 5-5 ਮਿੰਟ ਵੀ ਲਾਓ, ਤੁਸੀਂ ਇਹ ਅੰਦਾਜ਼ਾ ਲਾਓਗੇ ਕਿ ਦਿਨ ਦੇ ਟਾਈਮ ਮਾਸਟਰ ਜਿਹੜੇ ਨੇ ਜੀ ਉਹ ਵਿਚਾਰੇ ਫੋਨ ਦੇ ਉੱਤੇ ਠੂੰਗੇ ਮਾਰਦੇ ਰਹਿਣਗੇ, ਕਿਉਂਕਿ ਉਹਨਾਂ ਨੂੰ ਮਿਡ ਡੇ ਦੀ ਜਿਹੜੀ ਇਹਦੀ ਜਾਣਕਾਰੀ ਉਹ ਵੀ ਵਟਸਐਪ ਦੇ ਰਾਹੀਂ ਜਿਹੜਾ ਉਹ ਦੱਸਣ ਦੇ ਵਾਸਤੇ ਕਿਹਾ ਗਿਆ। ਇਹ ਪਰਫੋਰਮਾ ਜਿਹੜਾ ਜੀ ਇਹ ਹਾਸੋਹੀਣੀ ਦੀ ਜਿਹੜੀ ਗੱਲ ਹੈ, ਇਟ ਮੀਨਸ ਕਿ ਤੁਸੀਂ ਟੀਚਰਾਂ ਤੋਂ ਸਾਰਾ ਕੁਛ ਜਿਹੜਾ ਜੀ ਉਹ ਕਰਾਉਣਾ ਚਾਹੁੰਦੇ ਹੋ। ਜਿਹੜਾ ਉੱਪਰ ਬੈਠਾ ਕੀ ਉਹ ਪੈਸੇ ਕਮਾਉਣ ਦੇ ਵਾਸਤੇ ਬੈਠੇ ਨੇ ਜੀ ਸਾਰੇ? ਜਿਹੜਾ ਬੋਰਡ ਏਡਾ ਵੱਡਾ ਬਣਿਆ ਹੋਇਆ, ਜਿਹੜਾ ਕਿ ਗ੍ਰੇਸ ਮਾਰਕਸ ਦੇ ਵਿੱਚ ਅੰਨੀ ਪਾਈ ਜਾਂਦਾ ਜੀ, ਔਰ ਪੈਸੇ ਲੈ ਲੈ ਕੇ ਵੱਡੇ ਘਪਲੇ ਜਿਹੜੇ ਆ ਜੀ ਉਹ ਸਾਹਮਣੇ ਆ ਰਹੇ ਨੇ, ਉੱਪਰ ਘਪਲੇ ਕਰਨ ਦੇ ਵਾਸਤੇ ਬਿਠਾਏ ਹੋਏ ਨੇ, ਥੱਲੇ ਜਿਹੜੇ ਮਾਸਟਰ ਨੇ ਉਹਨਾਂ ਦੀ ਜਾਨ ਜਿਹੜੀ ਆ ਔਖੀ ਕੀਤੀ ਪਈ ਆ, ਉਹਨਾਂ ਦੀ ਸੰਗੀ ਦੇ ਵਿੱਚ ਗੂਠਾ ਜਿਹੜਾ ਜੀ ਉਹ ਡੇ ਬਾਈ ਡੇ ਹਰ ਰੋਜ਼ ਦਿੱਤਾ ਜਾ ਰਿਹਾ। ਇਹ ਪਰਫੋਰਮਾ ਆਪਣੇ ਆਪ ਦੇ ਵਿੱਚ ਹੀ ਜਿਹੜਾ ਜੀ ਉਹ ਸਵਾਲ ਖੜੇ ਕਰ ਰਿਹਾ ਕਿ ਤੁਹਾਨੂੰ ਆਪਣੇ ਮਾਸਟਰਾਂ ਦੇ ਉੱਤੇ ਵੀ ਕੋਈ ਜਿਹੜਾ ਜੀ ਉਹ ਯਕੀਨ ਹੈ ਨਹੀਂ ਗਾ। ਉਹਨਾਂ ਨੂੰ ਪੜ੍ਹਾਉਣ ਦਿਓ ਨਿਆਣਿਆਂ ਨੂੰ ਤਾਂ ਕਿ ਉਹ ਪੜ੍ਹ ਜਾਣ, ਪਰ ਪੜ੍ਹ ਤਾਂ ਦੇਣੇ ਨਹੀਂ ਜੀ, ਸਵਾਲ ਹੀ ਹੈ ਜੀ। ਬਿਲਕੁਲ ਜੀ, ਐਜੂਕੇਸ਼ਨ ਦੇ ਮਾਮਲੇ ਵਿੱਚ ਤਾਂ ਬਹੁਤ ਪਿੱਛੇ ਆ। ਅਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ। ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਅਦ 3 ਹੋਰ ਰਾਜਾਂ ਦੇ ਵਿੱਚ ਕਮਰ ਖਿੱਸੇ ਕੀਤੇ। ਬਿਲਕੁਲ ਜੀ, ਇਹ 3 ਜਿਹੜੇ ਰਾਜ ਨੇ ਇਹਦੇ ਵਿੱਚ ਗੁਜਰਾਤ ਸ਼ਾਮਿਲ ਹੈ, ਇਹਦੇ ਵਿੱਚ ਗੋਆ ਸ਼ਾਮਿਲ ਹੈ, ਅਤੇ ਇਹਦੇ ਵਿੱਚ ਅਹਿਮ ਰਾਜ ਜਿਹੜਾ ਜੀ ਉਹ ਪੰਜਾਬ ਸ਼ਾਮਿਲ ਹੈ। ਜਿਹੜੀ ਗੋਆ ਦੀ ਕਮਾਂਡ ਹੈ ਜੀ ਉਹ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਜਿਹੜੇ ਟਰਾਂਸਪੋਰਟ ਤੇ ਗ੍ਰਹਿ ਮੰਤਰੀ ਨੇ ਸਤਿੰਦਰ ਜੈਨ ਦਿੱਲੀ ਦੇ, ਉਹਨਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਸੌਂਪੀ ਗਈ ਹੈ। ਗੁਜਰਾਤ ਦੇ ਵਿੱਚ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਜੜ੍ਹਾਂ ਆਪਣੀਆਂ ਜਿਹੜੀਆਂ ਜੀ ਉਹ ਤਕਰੀਬਨ ਹੌਲੀ ਹੌਲੀ ਉਹਦੀਆਂ ਜੜ੍ਹਾਂ ਜਿਹੜੀਆਂ ਉਹ ਗਵਾਚ ਰਹੀਆਂ ਨੇ, ਉੱਥੋਂ ਕਾਂਗਰਸ ਕੋਈ ਬਹੁਤੀ ਸਟਰੋਂਗ ਹੈ ਨਹੀਂ ਗੀ, ਉੱਥੇ ਵੀ ਪਾਰਟੀ ਜਿਹੜੀ ਹੈ ਜੀ ਉਹਨੇ ਹੁਣ ਧਿਆਨ ਕੇਂਦਰਿਤ ਕੀਤਾ ਹੈ। ਜਿਹੜੇ ਸਾਬਕਾ ਪੱਤਰਕਾਰ ਨੇ ਆਸ਼ੂਤੋਸ਼ ਦੇ, ਦਿੱਲੀ ਦੇ ਜਿਹੜੇ ਜੀ ਮੰਤਰੀ ਕਪਿਲ ਮਿਸ਼ਰਾ ਜਿਹੜੇ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਜਿਹੜੀ ਪੰਜਾਬ ਦੀ ਅਹਿਮ ਜ਼ਿੰਮੇਵਾਰੀ ਆ ਇਹ ਰੱਖੀ ਹੈ ਜੀ ਆਪਣੇ ਕੋਲ ਅਰਵਿੰਦ ਕੇਜਰੀਵਾਲ ਹੋਰਾਂ ਨੇ। ਪੰਜਾਬ ਦੀ ਜਿੰਨੀ ਚੋਣ ਦੀ ਕਮਾਂਡ ਹੈ ਜੀ ਉਹ ਕਿਸੇ ਦੇ ਉੱਤੇ ਹੁਣ ਨਿਰਭਰ ਨਹੀਂ ਕਰਨਗੇ, ਅਰਵਿੰਦ ਕੇਜਰੀਵਾਲ ਹੋਰੀ ਆਪਣੇ ਹੱਥਾਂ ਦੇ ਵਿੱਚ ਉਹਨਾਂ ਨੇ ਇਹ ਕਮਾਂਡ ਲੈ ਲਈ ਹੈ, ਔਰ ਇਹਦੀ ਸਾਰੀ ਦੇਖ ਰੇਖ ਜਿਹੜੀ ਹੈ ਜੀ ਪੰਜਾਬ ਦੀ ਉਹ ਖੁਦ ਕਰਨਗੇ।
ਇਹਦੇ ਨਾਲ ਜਿਹੜਾ ਥੋੜਾ ਬਹੁਤਾ ਪਾਇਆ ਜਾ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਜਿਹੜੇ ਨੇ ਉਹਨਾਂ ਦੇ ਵਿੱਚ ਤਾਲਮੇਲ ਦੀ ਕਿਤੇ ਕਮੀ ਹੈ, ਮੇਰਾ ਖਿਆਲ ਉਹ ਜਿਹੜਾ ਖੱਪਾ ਜਿਹੜਾ ਜੀ ਉਹ ਪੂਰਾ ਹੋ ਜਾਊਗਾ। ਜਿਹੜੀਆਂ ਸਿਆਸੀ ਪਾਰਟੀਆਂ ਨੇ ਦੂਜੀਆਂ ਉਹਨਾਂ ਨੂੰ ਹੁਣ ਤੋੜ ਜਿਹੜਾ ਜੀ ਉਹ ਲੱਭਣਾ ਪਊਗਾ ਤੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਇੱਥੇ ਪੰਜਾਬ ਦੇ ਵਿੱਚ ਆਉਣ ਦੇ ਨਾਲ ਉਹ ਇਹਨਾਂ ਦਾ ਤੋੜ ਜਿਹੜਾ ਜੀ ਉਹ ਕੀ ਲੱਭਣਗੇ। ਦੂਜਾ ਇਹ ਦੱਸਿਆ ਜਾ ਰਿਹਾ ਜੀ ਕਿ ਜਿਹੜੇ ਅਕਾਲੀਆਂ ਤੇ ਕਾਂਗਰਸੀਆਂ ਦੇ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਦੇ ਉੱਤੇ ਸਿਆਸੀ ਹਮਲੇ ਕੀਤੇ ਜਾ ਰਹੇ ਨੇ ਉਹਨਾਂ ਦਾ ਜਵਾਬ ਜਿਹੜਾ ਜੀ ਉਹ ਆਉਂਦੇ ਦਿਨਾਂ ਦੇ ਦੌਰਾਨ ਖੁਦ ਅਰਵਿੰਦ ਕੇਜਰੀਵਾਲ ਹੁਰੀ ਜਿਹੜੇ ਜੀ ਉਹ ਦੇਣਗੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਇਹ ਕਮਾਂਡ ਹੈ ਇਹ 1 ਸਤੰਬਰ ਤੋਂ ਸਾਰਿਆਂ ਨੂੰ ਜਿਹੜਾ ਜੀ ਇਹ ਕਿਹਾ ਗਿਆ ਸਾਰੇ ਆਗੂ ਕਿ ਉਹ ਜਾ ਕੇ ਆਪੋ ਆਪਣੀਆਂ ਜਿਹੜੀਆਂ ਡਿਊਟੀਆਂ ਨੇ ਉਹ ਸੰਭਾਲ ਲੈਣ। ਇਹਦਾ ਮਤਲਬ ਤੁਸੀਂ ਇਹ ਵੀ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੋਣ ਸਰਗਰਮੀਆਂ ਨੇ ਆਹ ਮਹੀਨਾ ਖਤਮ ਹੁੰਦਿਆਂ ਟੌਪ ਗੇਅਰ ਵੱਲ ਨੂੰ ਜਿਹੜਾ ਜੀ ਉਹ ਤੁਰ ਪੈਣਗੀਆਂ। ਇਹ ਵੀ ਕਿਹਾ ਜਾ ਰਿਹਾ ਕਿ ਸੰਭਾਵੀ ਰੂਪ ਦੇ ਵਿੱਚ ਅਗਲੇ ਕੁਛ ਦਿਨਾਂ ਦੇ ਦੌਰਾਨ ਜਿਹੜੀਆਂ ਜੀ ਉਹ ਹੋਰ ਜਿਹੜੀਆਂ ਲਿਸਟਾਂ ਨੇ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨੇ। ਇੱਕ 15 ਬੰਦਿਆਂ ਦੀ ਲਿਸਟ ਜਿਹੜੀ ਆ ਜੀ ਉਹ ਆ ਰਹੀ ਆ, ਉਸ ਤੋਂ ਬਾਅਦ ਜਿਹੜੀ ਅਗਲੀ ਲਿਸਟ ਹੈ ਉਹ ਥੋੜ੍ਹੀ ਵੱਡੀ ਹੋਊਗੀ, ਅਜਿਹਾ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਸੋ ਤਕਰੀਬਨ ਅਰਵਿੰਦ ਕੇਜਰੀਵਾਲ ਹੋਰਾਂ ਦੇ ਜਿਹੜਾ ਇਹ ਚੋਣ ਮੈਦਾਨ ਦੇ ਵਿੱਚ ਆਉਣ ਤੋਂ ਪਹਿਲਾਂ ਘੱਟੋ ਘੱਟ ਅੱਧੇ ਕੁ ਜਿਹੜੇ ਕੈਂਡੀਡੇਟ ਨੇ ਉਹ ਐਲਾਨ ਕਰ ਦੇਣਾ ਚਾਹੁੰਦੀ ਹੈ ਪਾਰਟੀ, ਤਾਂ ਕਿ ਉਹਨਾਂ ਥਾਵਾਂ ਦੇ ਉੱਤੇ ਉਹ ਜਾਣ ਤੇ ਜਦੋਂ ਤੱਕ ਅਗਲੀ ਲਿਸਟ ਆਵੇ ਉਦੋਂ ਤੱਕ ਇੱਕ ਇੱਕ ਗੇੜਾ ਉਹ ਇਹਨਾਂ ਹਲਕਿਆਂ ਦਾ ਲਾ ਚੁੱਕੇ ਹੋਣ। ਹਾਂਜੀ, ਤੇ ਅੱਗੇ ਆਪਾਂ ਜੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਵੱਖ ਵੱਖ ਬਿਆਨ ਦੇ ਰਹੇ ਆ ਤੇ ਫੂਲਕਾ ਸੰਬੰਧੀ ਬਿਆਨ ਦੇ ਕੇ ਬੜੀ ਕਿਰਕਿਰੀ ਕਰਾ ਰਹੇ ਆ। ਐਕਚੁਲੀ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਬਿਆਨ ਇਹ ਦਿੱਤਾ ਸੀਗਾ ਕਿ ਐਚ ਐਸ ਫੂਲਕਾ ਜਿਹੜੇ ਆ ਜੀ ਉਹ 1984 ਦਾ ਜਿਹੜਾ ਸਿੱਖ ਕਤਲੇਆਮ ਸੀਗਾ ਉਹਦੇ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਤੋਂ ਪੈਸੇ ਲੈਂਦੇ ਰਹੇ ਆ। ਫੂਲਕਾ ਸਾਹਿਬ ਨੇ ਇਹਦਾ ਮੋੜਵਾਂ ਜਿਹੜਾ ਜੀ ਜਵਾਬ ਦਿੰਦਿਆਂ ਇਹ ਗੱਲ ਕਹੀ ਸੀਗੀ ਕਿ ਮੈਨੂੰ ਸਬੂਤ ਲਿਆ ਕੇ ਦਿਓ ਤੇ ਮੈਂ ਜਿਹੜਾ ਜੀ ਇਹ ਐਕਸੈਪਟ ਕਰੂੰਗਾ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹਦੇ ਮੋੜਵੇਂ ਜਵਾਬ ਦੇ ਵਿੱਚ ਇਹ ਕਹਿ ਦਿੱਤਾ ਸੀਗਾ ਕਿ ਫੂਲਕਾ ਸਾਹਿਬ ਨੂੰ ਪੈਸੇ ਜਿਹੜੇ ਆ ਜੀ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹੋਰੀ ਜਿਹੜੇ ਆ ਜੀ ਉਹ ਦਿੰਦੇ ਰਹੇ ਨੇ। ਔਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਵੀ ਕਿਹਾ ਸੀਗਾ ਕਿ ਮੈਂ ਇਹ ਜਿਹੜਾ ਜੀ ਜਿਹੜੇ ਦੋਸ਼ ਲਾ ਰਿਹਾ ਜੇ ਸ਼ੱਕ ਸ਼ੁਬਾ ਹੈ ਕੋਈ ਫੂਲਕਾ ਸਾਹਿਬ ਨੂੰ ਤੇ ਉਹ ਉਹਨਾਂ ਦੇ ਉੱਤੇ ਮਾਣਹਾਨੀ ਦਾ ਮੁਕੱਦਮਾ ਕਰ ਦੇਣ। ਹੁਣ ਕਿਰਕਿਰੀ ਇਸ ਗੱਲ ਤੋਂ ਹੋਈ ਹੈ ਕਿ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਪਰਮਜੀਤ ਸਿੰਘ ਸਰਨਾ ਹੋਰੀ ਉਹਨਾਂ ਦਾ ਬਿਆਨ ਆ ਗਿਆ ਕਿ ਉਹਨਾਂ ਨੇ ਐਚ ਐਸ ਫੂਲਕਾ ਹੋਰਾਂ ਨੂੰ ਇੱਕ ਵੀ ਪੈਸਾ ਜਿਹੜਾ ਜੀ ਉਹ ਨਹੀਂ ਦਿੱਤਾ। ਤੋ ਜਿਹੜਾ ਜੀ ਉਹਨਾਂ ਨੇ ਇਹ ਕਿਹਾ ਕਿ ਕਦੀ ਵੀ ਉਹਨਾਂ ਨੇ ਜਿਹੜਾ ਪੈਸਾ ਨਹੀਂ ਦਿੱਤਾ। ਇਦੋਂ ਪਹਿਲਾਂ ਫਰਵਰੀ 14 ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਵੀ ਫੂਲਕਾ ਹੋਰਾਂ ਦੇ ਉੱਤੇ ਦਿੱਲੀ ਕਮੇਟੀ ਤੋਂ ਪੈਸੇ ਲੈ ਕੇ 1984 ਦੇ ਸਿੱਖ ਕਤਲੇਆਮ ਦੇ ਜਿਹੜੇ ਪੀੜਤ ਸੀ ਉਹਨਾਂ ਦੇ ਕੇਸ ਲੜਨ ਦਾ ਦੋਸ਼ ਲਾਇਆ ਸੀਗਾ ਤੇ ਉਦੋਂ ਬਾਅਦ ਸਰਨਾ ਭਰਾਵਾਂ ਨੇ ਫੂਲਕਾ ਨੂੰ ਪੈਸੇ ਨਾ ਦੇਣ ਦਾ ਜ਼ਿਕਰ ਕੀਤਾ ਸੀਗਾ। ਉਹ ਜਿਹੜਾ ਬਿਆਨ ਸੀਗਾ ਜੀ ਉਹਦੇ ਤੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੁਛ ਸਿੱਖਿਆ ਨਹੀਂ, ਉਹਨਾਂ ਨੇ ਫਿਰ ਇਹ ਜਿਹੜਾ ਜੀ ਦੋਸ਼ ਲਾ ਦਿੱਤਾ ਐਚ ਐਸ ਫੂਲਕਾ ਹੋਰਾਂ ਦੇ ਉੱਤੇ ਤੇ ਜਿਹੜਾ ਜੀ ਉਹ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਉਸੇ ਤਰ੍ਹਾਂ ਦੀ ਕਿਰਕਿਰੀ ਹੋ ਗਈ ਆ ਜਿਹੋ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਹੋਈ ਸੀ। ਸਰਨਾ ਬ੍ਰਦਰ ਜਿਹੜੇ ਨੇ ਜੀ ਉਹ ਕਾਂਗਰਸੀ ਅਕਸਰ ਮੰਨੇ ਜਾਂਦੇ ਨੇ, ਉਹਨਾਂ ਦੇ ਵੱਲੋਂ ਜਿਹੜਾ ਜੀ ਇਹ ਬਿਆਨ ਦੇਣਾ ਸ਼ਾਇਦ ਕਿਤੇ ਨਾ ਕਿਤੇ ਇੱਕ ਕਿਸੇ ਨਵੀਂ ਗੱਲ ਵੱਲ ਜਿਹੜਾ ਜੀ ਉਹ ਇਸ਼ਾਰਾ ਨਾ ਕਰ ਰਿਹਾ ਹੋਵੇ ਦਿੱਲੀ ਦੀ ਸਿਆਸਤ ਦੇ ਵਿੱਚ। ਜੀ ਜੀ ਬਿਲਕੁਲ, ਕੁਛ ਤੇ ਕੁਛ ਹੈ, ਨਹੀਂ ਤੇ ਉਹ ਪੱਕੇ ਕਾਂਗਰਸੀ ਸੀਗੇ। ਅੱਗੇ ਆਪਾਂ ਸ਼ਹੀਦ ਭਗਤ ਸਿੰਘ ਦੀ ਗੱਲ ਕਰੀਏ ਕਿ ਉਹਨਾਂ ਦੀ ਵਿਰਾਸਤ ਦੇ ਨਾਲ ਛੇੜਛਾੜ। ਕੋਈ ਛੇੜਛਾੜ ਤਾਂ ਵਿਰਾਸਤ ਦੇ ਨਾਲ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਜੀ ਉਹ ਕੀਤੀ ਗਈ ਆ, ਕੋਈ ਇਹਨੂੰ ਜਿਹੜਾ ਜੀ ਸੀਰੀਅਸਲੀ ਲਵੇ ਜਾਂ ਨਾ ਲਵੇ, ਪਰ ਇੱਥੇ ਜਿਹੜਾ ਪੁਰਾਤੱਤਵ ਵਿਭਾਗ ਹੈ ਜੀ ਉਹਨੇ ਜਿਹੜੀ ਆ ਜੀ ਖਟਕੜ ਕਲਾਂ ਦੇ ਵਿੱਚ ਇਹ ਛੇੜਛਾੜ ਜਿਹੜੀ ਉਹ ਕੀਤੀ ਆ। ਜਿਹੜੇ ਸ਼ਹੀਦ ਭਗਤ ਸਿੰਘ ਹੋਰਾਂ ਦੇ ਭਾਣਜੇ ਨੇ ਪ੍ਰੋਫੈਸਰ ਜਗਮੋਹਨ ਸਿੰਘ ਹੁਰੀ ਉਹਨਾਂ ਨੇ ਇਹ ਜਿਹੜਾ ਜੀ ਮਾਮਲਾ ਚੁੱਕਿਆ ਔਰ ਇਹ ਪਤਾ ਲੱਗਾ ਕਿ ਜਿਹੜੇ ਭਗਤ ਸਿੰਘ ਹੋਰਾਂ ਦਾ ਜੱਦੀ ਘਰ ਹੈ ਖਟਕੜ ਕਲਾਂ, ਜੇ ਤੁਸੀਂ ਉੱਥੇ ਜਾਓ ਤਾਂ ਉੱਥੇ ਬਸਤੀਵਾਦ ਯੁੱਗ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਜਿਹੜੇ ਆ ਜੀ ਉਹ ਹੋਣਗੇ। ਪੰਜਾਬ ਦਾ ਪੁਰਾਤੱਤਵ ਵਿਭਾਗ ਨੇ ਸ਼ਹੀਦ ਦੀ ਵਿਰਾਸਤ ਦੇ ਨਾਲ ਛੇੜਛਾੜ ਕਰਦਿਆਂ ਹੋਇਆ ਕੁਝ ਹਫ਼ਤੇ ਪਹਿਲਾਂ ਟੋਪੀ, ਸ਼ਾਹੀ ਸੋਟੀ, ਟਾਈਪਰਾਈਟਰ, ਪੱਖਾ ਤੇ ਲੱਕੜ ਦੀ ਟੋਪੀ ਇੱਥੇ ਸਥਾਪਿਤ ਕਰਤੀਆਂ ਨੇ ਜੀ।
ਜਿਹਦੇ ਖਿਲਾਫ਼ ਪ੍ਰੋਫੈਸਰ ਜਗਮੋਹਨ ਸਿੰਘ ਹੋਰੀ ਜਿਹੜੇ ਨੇ ਜੀ ਉਹਨਾਂ ਨੇ ਮੋਰਚਾ ਲਾਇਆ ਜੀ। ਜਿਹੜੇ ਸ਼ਹੀਦ ਦੇ ਘਰ ਦੇ ਵਿੱਚ 70 ਦੇ ਕਰੀਬ ਸ਼ਹੀਦ ਦੀਆਂ ਨਿਸ਼ਾਨੀਆਂ ਰੱਖੀਆਂ ਹੋਈਆਂ ਨੇ, ਇੱਥੋਂ ਭਗਤ ਸਿੰਘ ਹੋਰਾਂ ਦੀ ਮਾਂ ਜਿਹੜੀ ਜੀ ਵਿਦਿਆਵਤੀ ਦੇ ਵਿਆਹ ਸਮੇਂ ਉਹਦੇ ਮਾਪਿਆਂ ਵੱਲੋਂ ਦਿੱਤੇ ਗਏ ਕੱਪੜੇ, ਭਾਂਡੇ, ਅਲਮਾਰੀਆਂ, ਟਰੰਕ ਜਿਹੜੇ ਆ ਜੀ ਉਹ ਸ਼ਹੀਦ ਦੀ ਯਾਦ ਨੂੰ ਤਾਜ਼ਾ ਕਰਨ ਲਈ ਰੱਖੇ ਹੋਏ ਨੇ। ਪਰ ਜਿਹੜਾ ਪੁਰਾਤੱਤਵ ਵਿਭਾਗ ਹੈ ਜੀ ਉਹਨੇ ਸ਼ਹੀਦ ਦੀਆਂ ਅਸਲੀ ਨਿਸ਼ਾਨੀਆਂ ਦੇ ਨਾਲ ਬਸਤੀਵਾਦੀ ਯੁੱਗ ਦੀਆਂ 30 ਹੋਰ ਨਿਸ਼ਾਨੀਆਂ ਰੱਖਤੀਆਂ ਨੇ ਜੀ। ਇਹਨਾਂ ਦਾ ਭਗਤ ਸਿੰਘ ਹੋਰਾਂ ਦੇ ਜੀਵਨ ਦੇ ਨਾਲ ਕੋਈ ਲੈਣਾ ਦੇਣਾ ਜਿਹੜਾ ਜੀ ਉਹ ਨਹੀਂ ਗਾ। ਇਹ ਵਸਤਾਂ 1.5 ਲੱਖ ਰੁਪਈਏ ਦੇ ਵਿੱਚ ਜਿਹੜੀਆਂ ਜੀ ਉਹ ਖਰੀਦੀਆਂ ਗਈਆਂ ਨੇ। ਦੇਖੋ ਇਹ ਐਕਚੁਅਲੀ ਸ਼ਰਾਰਤ ਇਹ ਆ ਕਿ ਜਿਹੜੇ ਸ਼ਹੀਦ ਨੇ ਸਾਡੇ ਜਿਨ੍ਹਾਂ ਨੂੰ ਇਹਨਾਂ ਨੇ ਸ਼ੰਭੂ ਤੋਂ ਪਰਾਂ ਲੰਘਣ ਨਹੀਂ ਦਿੱਤਾ, ਜਦੋਂ ਉਹਨਾਂ ਦਾ ਸ਼ਹੀਦੀ ਦਿਨ ਹੁੰਦਾ ਚਾਹੇ ਉਹਨਾਂ ਦਾ ਜਿਹੜਾ ਜੀ ਜਨਮ ਦਿਨ ਹੋਵੇ ਤੋ ਇੱਥੇ ਹੀ ਜਿਹੜਾ ਜੀ ਉਹ ਮਨਾਇਆ ਜਾਂਦਾ, ਉਹਨਾਂ ਨੂੰ ਗਾਇਬ ਹੀ ਕਰ ਦਿੱਤਾ ਗਿਆ ਜਿਹੜੇ ਅਸਲ ਦੇ ਵਿੱਚ ਆਜ਼ਾਦੀ ਦੇ ਵਾਸਤੇ ਲੜੇ ਯੋਧੇ ਸਨ। ਸੋ ਹੌਲੀ ਹੌਲੀ ਉਹਨਾਂ ਦਾ ਸਮਾਨ ਅਸਲ ਜਿਹੜਾ ਜੀ ਉਹ ਪਾਸੇ ਕਰਕੇ ਆ ਨਕਲ ਜਿਹੜੀ ਲੱਕੜ ਲੁੱਕੜ ਦੇ ਉਹ ਰੱਖ ਦਿੱਤੀਆਂ ਗਈਆਂ ਜੀ, ਤਾਂ ਕਿ ਆਉਂਦੀਆਂ ਜਨਰੇਸ਼ਨ ਜਿਹੜੀਆਂ ਨੇ ਜੀ ਉਹਨਾਂ ਨੂੰ ਇਹਨਾਂ ਸ਼ਹੀਦਾਂ ਦੀਆਂ ਯਾਦਗਾਰਾਂ ਤੋਂ ਵੀ ਵਾਂਝਾ ਜਿਹੜਾ ਜੀ ਉਹ ਕੀਤਾ ਜਾ ਸਕੇ। ਆਈ ਥਿੰਕ ਇਹ ਮੁੱਦਾ ਆਉਣ ਵਾਲੇ ਦਿਨਾਂ ਦੇ ਦੌਰਾਨ ਕਾਫੀ ਜਿਹੜਾ ਜੀ ਉਹ ਭਖ ਸਕਦਾ ਹੈ, ਕਿਉਂਕਿ ਸ਼ਹੀਦੇ ਆਜ਼ਮ ਭਗਤ ਸਿੰਘ ਜਿਹੜੇ ਨੇ ਜੀ ਉਹ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਵੱਸਦੇ ਨੇ, ਉਹ ਪੰਜਾਬੀਆਂ ਦੇ ਹੀਰੋ ਨੇ। ਤੇ ਇਹ ਜਿਹੜਾ ਵਿਭਾਗ ਹੈ ਜੀ ਸ਼ਾਇਦ ਉਹਨਾਂ ਨੂੰ ਜ਼ੀਰੋ ਕਰਨ ਤੇ ਤੁਲਿਆ, ਹਾਲਾਂਕਿ ਇਹੋ ਜਿਹੀ ਕੋਸ਼ਿਸ਼ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਹੁੰਦੀਆਂ ਰਹੀਆਂ ਨੇ, ਕਦੀ ਉਹਨਾਂ ਨੂੰ ਅੱਤਵਾਦੀ ਕਹਿਤਾ, ਕਦੀ ਕੁਛ। ਉਹਨੇ ਭਗਤ ਸਿੰਘ ਹੋਰਾਂ ਦੀ ਜਿਹੜੀ ਪ੍ਰਸਿੱਧੀ ਆ ਖਾਸ ਤੌਰ ਤੇ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਉਹ ਕਦੀ ਵੀ ਘੱਟ ਨਹੀਂ ਹੋਈ। ਹਾਂ ਇੰਨਾ ਜ਼ਰੂਰ ਹੈ ਕਿ ਇਹਦੇ ਨਾਲ ਇੱਕ ਵੱਡਾ ਰੋਸ ਜਿਹੜਾ ਜੀ ਉਹ ਜ਼ਰੂਰ ਫੈਲੂਗਾ ਜੀ। ਬਿਲਕੁਲ, ਜਾਂ ਸਾਡੀਆਂ ਵਿਰਾਸਤਾਂ ਇਸ ਤਰ੍ਹਾਂ ਹੋ ਰਹੀਆਂ ਆ, ਜਾਂ ਸਾਡੇ ਧਾਰਮਿਕ ਸਥਾਨ ਆ ਉਹ ਸਾਡੇ ਬਾਬਿਆਂ ਨੇ ਅਸਲੀ ਨਹੀਂ ਛੱਡੇ, ਆ ਤਾਂ ਕੋਈ ਡੂੰਘੀ ਚਾਹ ਲਿਆ ਜਿਹੜੀ ਚੱਲ ਰਹੀ। ਅਤੇ ਅਖੀਰ ਦੇ ਵਿੱਚ ਮੇਰਾ ਸਵਾਲ ਹੋਊਗਾ ਜੀ, ਜਿਸ ਤਰ੍ਹਾਂ ਠੇਕਿਆਂ ਸੰਬੰਧੀ ਲੋਕ ਲਾਮਬੰਦ ਹੋਏ ਆ, ਉਹਨਾਂ ਵਿੱਚ ਜਾਗਰੂਕਤਾ ਆਈ ਆ, ਉਹਨਾਂ ਦੀ ਸੋਚ ਨੂੰ ਬੋਰ ਪਿਆ ਜੀ? ਬਿਲਕੁਲ ਜੀ, ਇਹ ਖੁਸ਼ਨੁਮਾ ਖਬਰ ਜਿਹੜੀ ਹੈ ਜੀ, ਚੰਗੀ ਖਬਰ ਜਿਹੜੀ ਉਹ ਕਹੀ ਜਾ ਸਕਦੀ ਹੈ। ਪਰ ਇਹ ਹੈ ਕਿ ਇੱਥੇ ਹੀ ਟਿਕਣ ਦੀ ਜਾਂ ਇੱਥੇ ਰੁਕਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਆ, ਇਹ ਅੱਗੇ ਜਿਹੜੀ ਆ ਜੀ ਵਧਣੀ ਚਾਹੀਦੀ ਹੈ। ਇਹ ਗੱਲ ਇਸ ਵਾਰੀ ਖਾਸ ਤੌਰ ਦੇ ਉੱਤੇ ਵਧਣੀ ਚਾਹੀਦੀ ਆ, ਕਿਉਂਕਿ ਚੋਣਾਂ ਦਾ ਵਰਾ, ਜੇ ਪੰਚਾਇਤਾਂ ਵੱਡੇ ਪੱਧਰ ਦੇ ਉੱਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਠੇਕਾ ਨਾ ਖੋਲ੍ਹਣ ਦੇਣ ਦੇ ਵਾਸਤੇ ਮਤਾ ਜਿਹੜਾ ਜੀ ਉਹ ਪਾਉਣ, ਤਾਂ ਉਹਦੇ ਇਸ ਵਾਰੀ ਜਿਹੜਾ ਜੀ ਚੰਗੇ ਸਿੱਟੇ ਨਿਕਲ ਸਕਦੇ ਆ। ਕਿਉਂਕਿ ਉਂਝ ਹੁੰਦਾ ਇਹ ਆ ਜੀ ਕਿ ਜਿਹੜੇ ਸ਼ਰਾਬ ਦੇ ਕਾਰੋਬਾਰੀ ਨੇ ਉਹ ਕੋਈ ਨਾ ਕੋਈ ਘਤਿੱਤ ਜਿਹੜੀ ਆ ਜੀ ਉਹ ਘੜ ਕੇ ਉੱਥੇ ਠੇਕਾ ਖੋਲ੍ਹ ਦਿੰਦੇ ਆ। ਜੇ ਇਸ ਵਾਰੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਤੇ ਆਉਂਦੇ ਆ ਤਾਂ ਇਹਦਾ ਚੰਗਾ ਸ਼ਗਨ ਜਿਹੜਾ ਜੀ ਉਹ ਮੰਨਿਆ ਜਾ ਸਕਦਾ। ਇਹਦੇ ਸੰਬੰਧੀ ਜਿਹੜੇ ਲੋਕ ਲੱਗੇ ਹੋਏ ਆ ਜੀ ਉਹਨਾਂ ਦੇ ਕੁਛ ਚੰਗੇ ਨਤੀਜੇ ਜਿਹੜੇ ਉਹ ਆਉਣ ਲੱਗੇ ਆ। ਤੋ ਜਿਹੜਾ ਆਬਕਾਰੀ ਵਿਭਾਗ ਹੈ ਜੀ ਉਹਨੇ ਇਹਦੀ ਜਿਹੜੀ ਹੈਗੀ ਆ ਜਾਣਕਾਰੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 16-17 ਲਈ ਆਬਕਾਰੀ ਟੀਚਾ 112.73 ਕਰੋੜ ਰੁਪਈਏ ਘੱਟ ਗਿਆ ਜੀ। ਪੰਜਾਬ ਕੈਬਨਿਟ ਨੇ ਮਨਜ਼ੂਰੀ ਦੇ ਵਾਸਤੇ ਭੇਜੇ ਗਏ ਨੋਟ ਦੇ ਮੁਤਾਬਕ ਆਬਕਾਰੀ ਵਿਭਾਗ ਨੇ ਰਾਜ ਭਰ ਦੇ ਵਿੱਚ ਜਿਹੜੇ 662 ਗਰੁੱਪ ਕਾਇਮ ਕੀਤੇ ਅਤੇ ਠੇਕਿਆਂ ਦੀ ਬੋਲੀ 22 ਮਾਰਚ 2016 ਤੱਕ ਅਰਜ਼ੀਆਂ ਮੰਗੀਆਂ ਸੀਗੀਆਂ। ਔਰ ਹੈਰਾਨੀਜਨਕ ਜਿਹੜੇ ਜੀ ਤੱਥ ਦੇ ਵਿੱਚ ਇਹ ਆਏ ਕਿ ਅਰਜ਼ੀ ਫੀਸ ਦੇ ਨਾਲ 15-16 ਦੇ 308 ਕਰੋੜ ਰੁਪਈਏ ਦੇ ਮੁਕਾਬਲੇ 16-17 ਦੇ ਵਿੱਚ ਘੱਟ ਕੇ ਇਹ 147.81 ਕਰੋੜ ਰੁਪਈਆ ਰਹਿ ਗਈ। ਔਰ ਇਹਦੇ ਵਿੱਚ ਜਿਹੜੀਆਂ ਜੀ ਕੁਛ ਤਰੁੱਟੀਆਂ ਵਿਭਾਗ ਦੀਆਂ ਵੀ ਜ਼ਿੰਮੇਵਾਰ ਨੇ। ਸੰਗਰੂਰ ਅਤੇ ਮੋਗੇ ਨੂੰ ਛੱਡ ਕੇ ਵਿਭਾਗ ਨੇ ਹੋਰ ਜ਼ਿਲ੍ਹਿਆਂ ਦੇ ਵਿੱਚ ਅਰਜ਼ੀਆਂ ਸਵੀਕਾਰ ਕੀਤੀਆਂ, ਬਾਅਦ ਦੇ ਵਿੱਚ ਮੁੜ ਕੇ ਬੋਲੀ ਹੋਈ ਪਰ ਕੋਈ ਅਰਜ਼ੀ ਨਹੀਂ ਮਿਲੀ। ਸੰਗਰੂਰ ਦੇ ਵਿੱਚ ਜਿਹੜੇ ਦੀ ਅਰਜ਼ੀਆਂ ਪਾਉਣ ਵਾਲੇ 2 ਗਰੁੱਪਾਂ ਨੇ ਆਪਣੀ ਸਿਕਿਉਰਿਟੀ ਰਾਸ਼ੀ ਜਮ੍ਹਾਂ ਨਹੀਂ ਕਰਾਈ ਅਤੇ ਠੇਕਿਆਂ ਤੋਂ ਹੱਥ ਖਿੱਚ ਲਿਆ। 487 ਕਰੋੜ ਦੇ 81 ਗਰੁੱਪਾਂ ਦੇ ਵਿੱਚ ਆਉਂਦੇ ਠੇਕਿਆਂ ਦੀ ਬੋਲੀ ਨਹੀਂ ਚੜੀ। ਬਾਅਦ ਦੇ ਵਿੱਚ ਵਿਭਾਗ ਨੇ ਪਹਿਲਾਂ ਤੈਅ ਰਾਖਵੀਂ ਕੀਮਤ ਤੋਂ ਤਕਰੀਬਨ 12-15% ਘੱਟ ਦੇ ਉੱਤੇ ਟੈਂਡਰ ਜਿਹੜੇ ਸੀਗੇ ਉਹ ਜਾਰੀ ਕੀਤੇ। ਪਟਿਆਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਗਰੁੱਪਾਂ ਦੇ ਠੇਕੇ ਜਿਹੜੇ ਉਹ ਚੜ੍ਹੇ ਨਹੀਂ। ਸੀਨੀਅਰ ਅਧਿਕਾਰੀ ਜਿਹੜੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਾੜੇ ਹੁੰਗਾਰੇ ਕਰਕੇ ਵਿਭਾਗ ਨੇ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰਾਂ ਅਤੇ ETOs ਜਿਹੜੇ ਨੇ ਉਹ 10 ਅਧਿਕਾਰੀਆਂ ਨੂੰ ਦੋਸ਼ ਪੱਤਰ ਜਿਹੜੇ ਆ ਉਹ ਜਾਰੀ ਕੀਤੇ ਨੇ। ਹਾਲਾਂਕਿ ਇਹ ਨੀਤੀ ਨੂੰ ਸਰਕਾਰੀ ਮਨਜ਼ੂਰੀ ਦੇਣ ਵਾਲੇ ਸੀਨੀਅਰ ਅਧਿਕਾਰੀਆਂ ਦੇ ਵਿਰੁੱਧ ਕੋਈ ਕਾਰਵਾਈ ਜਿਹੜੀ ਆ ਜੀ ਉਹ ਨਹੀਂ ਹੋਈ। ਪੰਜਾਬ ਕੈਬਨਿਟ ਨੂੰ ਦਿੱਤੇ ਨੋਟ ਦੇ ਮੁਤਾਬਕ ਜਿਹੜਾ 2 ਦਿਨ ਪਹਿਲਾਂ ਦਿੱਤਾ ਗਿਆ ਪੰਜਾਬ ਦੇ ਵਿੱਚ ਲਾਇਸੈਂਸ ਫੀਸ ਜਿਹੜੀ ਆ ਜੀ ਉਹ 3178.25 ਕਰੋੜ ਤੋਂ ਘੱਟ ਕੇ
3138.41 crore ਰੁਪਈਏ ਜਿਹੜੀ ਹੈ ਜੀ ਉਹ ਰਹਿ ਜਾਊਗੀ ਔਰ ਸਾਲ 16-17 ਦੇ ਵਾਸਤੇ 5460.95 crore ਰੁਪਈਏ ਦੀ ਕਮਾਈ ਦੇ ਅੰਦਾਜ਼ਾ ਲਾਇਆ ਗਿਆ ਜੀ ਔਰ ਇਸ ਨੀਤੀ ਦੇ ਨਾਲ 112.73 crore ਰੁਪਈਏ ਦਾ ਘਾਟਾ ਹੋਊਗਾ ਜਿਹਦੇ ਵਾਸਤੇ ਪ੍ਰਵਾਨਗੀ ਦੀ ਲੋੜ ਹੈ ਪੰਜਾਬ ਮੀਡੀਅਮ ਬ੍ਰਾਂਡ ਸ਼ਰਾਬ ਦਾ ਕੋਟਾ ਵੀ ਜਿਹੜਾ ਜੀ ਉਹ 1030 lakh ਪਰੂਫ ਲੀਟਰ ਤੋਂ ਘਟਾ ਕੇ 1,10 lakh ਪਰੂਫ ਲੀਟਰ ਜਿਹੜਾ ਜੀ ਉਹ ਕਰ ਦਿੱਤਾ ਗਿਆ ਜਦੋਂ ਕਿ ਭਾਰਤ ਦੇ ਵਿੱਚ ਬਣੀ ਵਿਦੇਸ਼ੀ ਸ਼ਰਾਬ ਦਾ ਕੋਟਾ ਜਿਹੜਾ ਜੀ ਉਹ 475 ਤੋਂ ਘਟਾ ਕੇ 473 lakh ਪਰੂਫ ਲੀਟਰ ਜਿਹੜਾ ਜੀ ਉਹ ਕੀਤਾ ਗਿਆ ਆਈ ਥਿੰਕ ਇਹ ਜਿਹੜਾ ਜੀ ਇਹ ਪੰਚਾਇਤਾਂ ਦੇ ਵਿੱਚ ਆਈ ਜਿਹੜੀ ਆ ਉਹ ਅਵੇਅਰਨੈਸ ਹੈ ਜਿਹੜਾ ਸਾਲ ਲੰਘ ਰਿਹਾ ਜੀ ਜਦੋਂ ਮਾਰਚ ਦੇ ਵਿੱਚ ਠੇਕੇ ਹੋਏ ਸੀਗੇ ਤਾਂ ਇਹਦੇ ਉੱਤੇ ਜਿਹੜੇ ਐਪਲੀਕੇਸ਼ਨ ਆਈਆਂ ਸਨ ਜਿਹੜੀਆਂ ਠੇਕਾ ਨਾ ਖੋਲਣ ਦੀਆਂ ਉਹ ਰਿਕਾਰਡ ਸੀਗਾ ਜੀ ਤੇ ਉਮੀਦ ਆ ਜੀ ਜਿੰਨੇ ਵੀ ਲਿਸਨਰ ਸੁਣ ਰਹੇ ਨੇ ਪਿੰਡਾਂ ਥਾਵਾਂ ਦੇ ਵਿੱਚ ਉਹਨਾਂ ਦੀ ਚੰਗੀ ਪੈਂਠ ਜਿਹੜੀ ਆ ਜੀ ਉਹ ਹੈਗੀ ਆ ਉਹਨਾਂ ਦੀ ਵਾਕਫੀਅਤ ਹੈਗੀ ਆ ਇਸ ਗੱਲ ਨੂੰ ਮਿਲ ਕੇ ਪ੍ਰਚਾਰਨ ਦੀ ਲੋੜ ਆ ਕਿ ਇਸ ਵਾਰੀ ਪੰਚਾਇਤਾਂ ਤੋਂ ਵੱਧ ਜਿਹੜੇ ਮਤੇ ਨੇ ਉਹ ਸ਼ਰਾਬ ਦੇ ਠੇਕਿਆਂ ਦੇ ਵਿਰੋਧ ਦੇ ਵਿੱਚ ਪਵਾ ਕੇ ਭੇਜੇ ਜਾਣ ਬਿਲਕੁਲ ਜੀ ਬਹੁਤ ਦੇਰ ਬਾਅਦ ਜਿਹੜੀ ਹੈ ਚੰਗੀ ਖਬਰ ਸੁਣੀ ਆ ਅਤੇ ਜਿੱਥੇ ਜਿੱਥੇ ਵੀ ਕੋਈ ਸੁਣਦਾ ਆ ਅਤੇ ਉਹਨਾਂ ਨੂੰ ਜ਼ਰੂਰ ਆਪਣੇ ਕੰਟੈਕਟ ਪਿੱਛੇ ਕਰਨਾ ਚਾਹੀਦਾ ਅਖੀਰ ਵਿੱਚ ਅੱਜ ਨਵਾਂ ਕਿ ਚੜਿਆ ਕੁੜੀ ਨੂੰ ਸ਼ੌਕ ਸੀ ਸੈਲਫੀਆਂ ਦਾ ਥਾਂ ਥਾਂ ਫੋਟੋ ਪਈ ਖਿੱਚੀ ਖਿਚਾਈ ਜਾਵੇ ਚੜਿਆ ਕੁੜੀ ਨੂੰ ਸ਼ੌਕ ਸੀ ਸੈਲਫੀਆਂ ਦਾ ਥਾਂ ਥਾਂ ਫੋਟੋ ਪਈ ਖਿੱਚੀ ਖਿਚਾਈ ਜਾਵੇ ਇੱਕ ਥਾਂ ਪਕੜ ਉਹ ਕਈ ਸਹੇਲੀਆਂ ਨੂੰ ਸੋਹਣੇ ਸੀਨ ਕੁਝ ਵੇਖ ਮੁਸਕਾਈ ਜਾਵੇ ਲੈ ਲਈ ਫੋਟੋ ਵਿਖਾਉਂਦੀ ਹੈ ਸਾਰੀਆਂ ਨੂੰ ਚੰਦਰਾ ਭੁੱਸ ਪਿਆ ਸੁਰਤ ਭੁਲਾਈ ਜਾਵੇ ਕਾਫੀ ਦੇਰ ਦੇ ਬਾਅਦ ਜਲ ਵੇਲ ਹੋਈ ਉਸਨੂੰ ਗਸ਼ ਫਿਰ ਪੈਣ ਨੂੰ ਆਈ ਜਾਵੇ ਭਰਿਆ ਬੈਗ ਸੀ ਉਸਦਾ ਗਹਿਣਿਆਂ ਦਾ ਲੈ ਕੇ ਚੋਰ ਕੋਈ ਗਿਆ ਹੈ ਦੌੜ ਸੁਣਿਆ ਭਰਿਆ ਬੈਗ ਸੀ ਉਸਦਾ ਗਹਿਣਿਆਂ ਦਾ ਲੈ ਕੇ ਚੋਰ ਕੋਈ ਗਿਆ ਹੈ ਦੌੜ ਸੁਣਿਆ ਪੱਲੇ ਰਹਿ ਗਿਆ ਭੁੱਸ ਸੀ ਸੈਲਫੀਆਂ ਦਾ ਬੇਬੇ ਬਾਪੂ ਨੂੰ ਚੜੀ ਪਈ ਕੌੜ ਸੁਣਿਆ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਸਰੋ ਤੇ ਸਨ ਬਲਤੇਜ ਪੰਨੂ ਤੋਂ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਦੀ ਚੀਰ ਫਾੜ ਕਰਦੇ ਨੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ